ਪੰਜਾਬ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ ਨਸ਼ਾ। ਨਸ਼ੇ ਦੇ ਸੌਦਾਗਰਾਂ ਵੱਲੋਂ ਬਜਾਇਆ ਇੱਕ ਹੋਰ ਘਰ ਦਾ ਚਿਰਾਗ। ਸਵਾਗਤ ਹੈ ਤੁਹਾਡਾ ਪੰਜਾਬ ਟੀਵੀ 'ਤੇ। ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਦੱਸਣ ਜਾ ਰਿਹਾ, ਜਿੱਥੇ ਕਿ ਮਟਾਰਾ ਮਿਸਲਪੁਰਾ ਇਲਾਕੇ ਦੇ 20 ਸਾਲਾਂ ਨੌਜਵਾਨ ਦੀ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਕਿ ਪੂਰਾ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ 7 ਦਿਨਾਂ ਤੋਂ ਲਾਪਤਾ ਸੀ ਇਹ ਨੌਜਵਾਨ, ਜਿਸਦਾ ਨਾਮ ਕਿ ਮੋਹਿਤ ਹੈ, ਅਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦਾ ਆਦੀ ਸੀ ਪਰ ਪਿਛਲੇ 7 ਦਿਨਾਂ ਤੋਂ ਲਾਪਤਾ ਸੀ। ਇਸ ਤੋਂ ਬਾਅਦ ਕਿ ਪੁਲਿਸ ਵੀ ਉੱਥੇ ਮੌਕੇ 'ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਜੋ ਇੱਕ ਸਰਿੰਜ ਬਰਾਮਦ ਕੀਤੀ ਗਈ ਹੈ, ਉੱਥੇ ਹੀ ਪੀੜਤ ਦੇ ਪਰਿਵਾਰ ਵੱਲੋਂ ਆਰੋਪ ਲਗਾਏ ਗਏ ਨੇ ਕਿ ਪਿੰਡ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਸ਼ਾ ਵਿਕਦਾ ਹੈ ਅਤੇ ਇਹਨਾਂ ਉੱਤੇ ਨੱਥ ਪਾਉਣ ਨੂੰ ਕੋਈ ਵੀ ਨਹੀਂ ਹੈ। ਸਰਕਾਰ ਹਾਲਾਂਕਿ ਦਾਅਵੇ ਜ਼ਰੂਰ ਕਰਦੀ ਹੈ, ਪਰ ਰੋਜ਼ਾਨਾ ਇਹ ਖਬਰਾਂ ਜਿਵੇਂ ਆਉਂਦੀਆਂ ਨੇ, ਉਹ ਰੋਜ਼ ਕੋਈ ਨਾ ਕੋਈ ਨਸ਼ੇ ਦੇ ਨਾਲ ਹੈ ਜੋ ਆਪਣੀ ਜਾਨ ਗਵਾ ਦਿੰਦਾ ਕਿਸੇ ਨਾ ਕਿਸੇ ਘਰ ਦਾ ਜੋ ਚਿਰਾਗ। ਪੀੜਤ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਤੁਸੀਂ ਸੁਣੋ। ਪਤਾ ਸਾਰਾ ਆਪਾਂ ਇਹਨਾਂ ਕੋਲ ਉਦਣ ਗਏ ਹਾਂ, ਸਾਨੂੰ ਪਤਾ ਲੱਗਾ ਸੀ ਵੀ ਸਾਡਾ ਮੁੰਡਾ ਨਹੀਂ ਲੱਭਣ ਡਿਆ। ਆਪਾਂ ਇਹਨਾਂ ਦੇ ਘਰੇ ਵੀ ਗਏ ਹਾਂ, ਇਹਨਾਂ ਦੀ ਬੰਬੀ 'ਤੇ ਵੀ ਗਏ ਹਾਂ। ਅਸੀਂ ਇਹਨਾਂ ਨੂੰ ਕਿਹਾ ਵੀ ਆਪਣੀ ਬੰਬੀ ਦਾ ਬੂਹਾ ਖੋਲੋ, ਇਹਨਾਂ ਨੇ ਉਦਣ ਬੂਹਾ ਵੀ ਨਹੀਂ ਖੋਲਿਆ। ਜਾਣੀ ਕਿ ਜਿਹੜੇ ਚਿੱਟਾ ਵੇਚਦੇ ਆ, ਸਮਾਨ ਵੇਚਦੇ ਆ, ਨਾਮ ਉਹਨਾਂ ਦਾ ਇੱਕ ਨਾ ਲਾਡਾ ਸੀ ਅਤੇ ਇੱਕ ਨਾ ਬੱਬਾ। ਠੀਕ ਆ ਭਾਜੀ, ਆਪਾਂ ਕਿਹਾ ਤੁਹਾਡੀ ਬੰਬੀ ਤਾਂ ਆਪਣੀ ਬੂਹਾ ਖੋਲੋ ਕਿ ਤੁਹਾਡੇ ਤੁਸੀਂ ਅੰਦਰ ਨਾਲ ਰੱਖਿਆ ਮੁੰਡਾ। ਉਦਣ ਕਹਿੰਦੇ ਦੌੜ ਜਾਓ, ਤੁਹਾਡੇ 'ਤੇ ਪਰਚਾ ਕਰਾ ਦੇਣਾ ਆ। ਉਦਣ ਸਾਨੂੰ ਇਹ ਬਿਆਨ ਦਿੱਤੇ ਇਹਨਾਂ ਨੇ, ਫਿਰ ਆਪਾਂ ਲਾਗੇ ਲੱਗ ਗਿਆ ਸਾਰੀਆਂ ਪੈਲੀਆਂ ਫੋਲਦੇ ਰਹੇ ਹਾਂ। ਉਧਰੋਂ ਨਹੀਂ ਲੱਭਾ, ਉਦਣ ਇੱਥੇ ਹੀ ਵੇਖ ਗਏ ਹਾਂ, ਇੱਥੇ ਉਦਣ ਹੈ ਨਹੀਂ। ਅੱਜ ਅਸੀਂ ਦੁਪਹਿਰੀ ਆਏ ਹਾਂ, ਸਮੈਲ ਆਉਣ ਡੀ, ਉੱਥੇ ਆਪਾਂ ਵੇਖਿਆ ਤਾਂ ਡੈੱਡ ਬੋਡੀ ਪਈ ਸੀ। ਉਹਨਾਂ ਦਾ ਘਰ ਵੀ ਉਹਨਾਂ ਦਾ ਲੱਗ ਗਿਆ ਜਿਹੜੇ ਸਮਾਨ ਵੇਚਦੇ ਆ। ਇਹ ਹੁਣ ਤੁਸੀਂ ਦੇਖ ਲਓ ਕਿੱਦਾਂ ਸਮਾਨ ਵੇਚਦੇ ਨੇ। ਇਹ ਚਿੱਟਾ ਵੀ ਸਾਰਾ ਮੈਡੀਕਲ ਨਸ਼ਾ ਵੀ ਵੇਚਦੇ ਆ, ਚਿੱਟਾ ਵੀ ਵੇਚਦੇ ਆ ਜੀ। ਮਤਲਬ ਇਹ ਵੀ ਨਾਲ ਕਰਦਾ ਸੀਗਾ ਪਹਿਲੇ? ਇਹ ਸਾਰੇ ਉਹਦੇ ਕੋਲ ਇਹ ਪਹਿਲੇ ਕਰਦਾ ਸੀ, ਲੈਣ ਜਾਂਦਾ ਸੀ। ਇਹ ਇੱਕ ਦਿਨ ਪਹਿਲੇ ਵੀ ਉੱਥੇ ਇਹਨਾਂ ਨੇ ਇਹਨੂੰ ਗੋਤੇ ਦੇਣ ਡੇ ਸੀ, ਇਹ ਮੁੰਡੇ ਨੂੰ ਮਾਮੇ ਨੇ ਦੱਸਿਆ ਸੀ। ਉਦਣ ਇਹਨਾਂ ਨੇ ਛਡਾ ਕੇ ਲਿਆਂਦਾ ਉੱਥੋਂ। ਹੁਣ ਤੁਸੀਂ ਗੱਲ ਕੀਤੀ ਕਿ ਪੁਲਿਸ ਸਾਹਮਣੇ ਬੰਦੇ ਦੌੜ ਗਏ? ਹਾਂਜੀ ਦੌੜ ਗਏ ਆ, ਘਰ ਛੱਡ ਕੇ ਉਹ ਪੁਲਿਸ ਆ ਖਲੋਤੀ ਆ, ਇੱਥੇ ਕਿਤੇ ਖਲੋਤੀ ਪੁਲਿਸ। ਹਾਂਜੀ ਹਾਂਜੀ, ਫਰਾਡ ਹੋ ਗਏ ਉਹ ਘਰੂ। ਪੁਲਿਸ ਮਹਾਰਾਜ ਇੱਥੇ ਕਿਤੇ ਖਲੋਤੀ ਆ, ਕਰਦੀ ਹੁੰਦੀ ਮਗਰ ਜਾਂਦੇ ਆਪਾਂ ਉਦੋਂ ਦੇ ਕਹਿਣ ਡੇ ਆ, ਕਿਤੇ ਵੀ ਨੀ ਗਏ ਆ ਖਲੋਤੇ ਮੂਹਰੇ। ਅਰੈਸਟ ਕਰ 1 ਤਰੀਕ ਦੇ ਗੇਰੇ ਮਾਰਨ ਡੇ ਅਚਲ ਸਾਹਿਬ ਥਾਣੇ, ਕਹਿੰਦੇ ਆ ਜਾਣਗੇ, ਆਪ ਹੀ ਮੁੰਡਾ ਆਜੂਗਾ, ਆਪ ਹੀ ਆਜੂਗਾ। ਆ ਗਿਆ ਜੀ ਮੁੰਡਾ। ਬੜੀ ਮੁਸ਼ਕਿਲ ਪਹੁੰਚਾ ਕੇ ਲਿਆਂਦਾ ਸੀ ਤੇ ਸਾਨੂੰ ਹਫ਼ਤਾ ਹੋ ਗਿਆ ਲੱਭਦਿਆਂ ਨੂੰ, ਸਾਨੂੰ ਲੱਭਾ ਹੀ ਨਹੀਂ ਹੈਗਾ ਤੇ ਹੁਣ ਭੈਣ ਇਹਨਾਂ ਦੇ ਝੋਨੇ 'ਚ ਲਿਆ ਕੇ ਸਵਾਲਿਆ, ਕੀ ਪਤਾ ਕਿੱਥੇ ਮਾਰਿਆ ਤੇ ਕਿੱਥੇ ਨਹੀਂ ਮਾਰਿਆ, ਤੇ ਹੁਣ ਲੱਭੀ ਆ ਲਾਸ਼। ਕਾਹਦਾ ਨਸ਼ਾ ਕਰਦੇ ਹੈਗੇ? ਇਹ ਚਿੱਟੇ ਦਾ ਹੀ ਵੇਚਦੇ, ਚਿੱਟੇ ਦੇ ਕਰਨਾ ਉਹਨੇ। ਪੁਲਿਸ ਨੇ ਕੰਪਲੇਂਟ ਲਿਖਾਈ ਪਹਿਲੇ? ਹਾਂਜੀ ਲਿਖਾਈ ਆ, ਰੰਗਲ ਨੰਗਰ। ਅਸੀਂ ਤਾਂ ਕਹਿੰਦੇ ਵੀ ਪਿੰਡ 'ਚ ਨਸ਼ਾ ਬੜੇ ਚਿਰ ਦਾ, ਸਾਰੇ ਕਹਿਣ ਡੇ ਵੀ ਬੰਦ ਹੋਣਾ ਚਾਹੀਦਾ, ਬੰਦ ਹੋਣਾ ਚਾਹੀਦਾ ਆ, ਪਰ ਉਹਨਾਂ ਨੂੰ ਲੱਗਦੀ ਨਹੀਂ, ਉਹ ਆਪਣੇ ਭੈਣ ਜੇਬੇ ਭਰੀ ਜਾਂਦੇ, ਲੋਕਾਂ ਦਾ ਬੇਰਾ ਗਰਕ ਕਰੀ ਜਾਣ ਡੇ ਨਿਆਣਿਆਂ ਦਾ। ਕੀ ਕੰਮ ਕੀ ਕਰਦਾ ਸੀਗਾ? ਇਹ ਮਜ਼ਦੂਰੀ ਕਰਦਾ ਸੀ, ਮੇਰੇ ਨਾਲ ਹੀ ਕਰਦਾ ਸੀ। ਕੁਵਾਰਾ ਸੀਗਾ? ਹਾਂਜੀ ਕੁਵਾਰਾ ਸੀ। ਕਿੰਨੀ ਉਮਰ ਹੈਗੀ? 20 ਸਾਲ। ਮੇਰਾ ਭਤਰੀਆ ਲੱਗਦਾ ਸੀ, ਮੇਰਾ ਭਤਰੀਆ ਲੱਗਦਾ ਸੀ, ਮਾਰ ਛੜਿਆ ਉਹਨਾਂ ਨੇ, ਚਿੱਟਾ ਵੇਚਣ ਵਾਲਿਆਂ ਨੇ, ਚਿੱਟਾ ਵੇਚਣ ਵਾਲਿਆਂ ਮਾਰ ਛੜਿਆ। ਇਹਨਾਂ ਐਤਵਾਰ ਦਾ ਲੱਭਣ ਡਿਆ, ਨਹੀਂ ਲੱਭਦਾ ਪਿਆ, ਉਹਨਾਂ ਐਤਵਾਰ ਦਾ ਹੀ ਮਾਰ ਛੜਿਆ ਨਾ ਕਿਤੇ, ਐਤਵਾਰ ਦਾ ਮਾਰ ਕੇ ਸੁੱਟ ਛੜਿਆ ਕਿਤੇ। ਅਸੀਂ ਤਾਂ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਛੱਡਿਆ, ਪੱਤਰੀਆਂ ਕਢਵਾ ਖੜੀਆਂ ਨੇ, ਦਿੱਲੀ ਦੀ ਭਾਪ ਬਥੇਰਾ ਕਰਨੇ ਆ ਵੀ ਕਿਤੇ ਲੱਭ ਜੇ, ਹੁਣ ਵੀ ਆ ਜੇ, ਹੁਣ ਵੀ ਆ ਜੇ। ਉਹ ਕਿਤੇ ਵਈਆਂ ਦੇ ਕਾਬੂ ਚੜ ਗਿਆ, ਉਹ ਵਈਆਂ ਨੇ ਮਾਰ ਛੜਿਆ ਸਾਡਾ ਮੁੰਡਾ, ਮੁੰਡਾ ਸਾਡਾ ਵਈਆਂ ਨੇ ਮਾਰ ਛੜਿਆ। ਅੱਜ ਪਤਾ ਲੱਗਾ ਸਾਨੂੰ, ਅੱਜ ਪਤਾ ਲੱਗਾ ਹੈ। ਸਾਨੂੰ ਇਨਫੋਰਮੇਸ਼ਨ ਇਹਨਾਂ ਦਿੱਤੀ ਆ ਘਰਦਿਆਂ ਨੇ ਵੀ ਇੱਕ ਡੈੱਡ ਬੋਡੀ ਸਾਨੂੰ ਆ ਮਿਲੀ ਹੈ, ਪਹਿਲਾਂ ਹਫ਼ਤਾ ਪਹਿਲਾਂ ਮਤਲਬ ਲਾਪਤਾ ਸੀ ਬੰਦਾ ਜੀ, ਅਤੇ ਅੱਜ ਅਸੀਂ ਆਣ ਕੇ ਵੇਖਿਆ ਅਤੇ ਝੋਨੇ ਦੇ ਖੇਤਾਂ 'ਚ ਪੂਰੀ ਡੈੱਡ ਬੋਡੀ ਜਿਹੜੀ ਆ ਕੀੜੇ ਖਾ ਚੁੱਕੇ ਆ, ਅਤੇ ਘਰਦਿਆਂ ਨੇ ਇਹਨਾਂ ਦੀ ਸ਼ਨਾਖਤ ਕੀਤੀ ਆ ਵੀ ਇਹ ਸਾਡਾ ਬੱਚਾ, ਨਾਂ ਕੀ ਇਹਦਾ? ਮੋਹਿਤ, ਮੋਹਿਤ ਕੁਮਾਰ। ਸਨ ਆਫ ਨਸ਼ੇ ਕਰਨ ਦਾ ਜਿਹੜਾ ਆਦੀ ਸੀ, ਅਤੇ ਜਿਹੜਾ ਕਿ ਮਤਲਬ ਅੱਜ ਇਹਦੀ ਲਾਸ਼ ਜਿਹੜੀ ਪੂਰੀ ਤਰ੍ਹਾਂ ਡੈੱਡ ਬੋਡੀ ਖਾ ਕੇ ਕੀੜੇ, ਅਤੇ ਸਾਨੂੰ ਮਿਲੀ ਹੁਣ ਇਹਦੀ ਅਗਲੀ ਕਾਰਵਾਈ ਅਸੀਂ ਜੋ ਅਮਲ 'ਚ ਲਿਆਉਣੀ ਜਿਹੜੀ ਹੁਣ ਇਹ ਤਾਂ ਵੇਖੋ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਜਿਹੜੀ ਵੀ ਜੋ ਮਤਲਬ ਹੋਊਗੀ ਕਰਾਂਗੇ।